ਲਾ ਦਿਆ ਜੇ ਆ ਕਈਆਂ ਬੀਬੀਆਂ ਨੇ ਹਾਮਦਾ ਨੂੰ ਨੱਕ ਤੇ ਕੀਤਾ ਹੈ ਮੈਨੂੰ ਕੇਬਲ ਤਾਰ ਲਵਾ ਦੇਵੇ ਖਸਮਾਂ ਤੈਨੂੰ ਕਹਿੰਦੀ ਖਾਮਦ ਆਖੇ ਚੁੱਪ ਕਰ ਅੜੀਏ ਕਰਜ਼ਾ ਕਿਤੋਂ ਵੀ ਮੂਲ ਨਾ ਫੜੀਏ ਕਰਜ਼ਾ ਫੜ ਕੇ ਵੇਚ ਮਕਾਨ ਮੈਂ ਨੀ ਛੱਡਣੀ ਤੇਰੀ ਜਾਨ ਜੇ ਨਾ ਤੂੰ ਕੇਬਲ ਤਾਰ ਲਵਾਈ ਮੈਂ ਨੀ ਤੇਰੇ ਘਰ ਰਹਿੰਦੀ ਮੈਨੂੰ ਕੇਬਲ ਤਾਰ ਲਵਾ ਦੇਵੇ ਖਸਮਾਂ ਤੈਨੂੰ ਕਹਿੰਦੀ ਜੇ ਨਹੀਂ ਤੂੰ ਮੇਰੀਆਂ ਰੀਝਾਂ ਲਾਂਦਾ ਮੇਰੀਆਂ ਪੱਕੀਆਂ ਤੂੰ ਨਹੀਂ ਖਾਂਦਾ ਜੇ ਨਹੀਂ ਤੂੰ ਮੇਰੀਆਂ ਰੀਝਾਂ ਲਾਂਦਾ ਮੇਰੀਆਂ ਪੱਕੀਆਂ ਤੂੰ ਨਹੀਂ ਖਾਂਦਾ ਲੈ ਦੇ ਮੈਨੂੰ ਲਾਲ ਪਰਾਂਦਾ ਨਾਲੇ ਰੰਗਲੀ ਮਹਿੰਦੀ ਮੈਨੂੰ ਕੇਬਲ ਤਾਰ ਲਵਾ ਦੇਵੇ ਖਸਮਾਂ ਤੈਨੂੰ ਕਹਿੰਦੀ ਗੱਲ ਮੇਰੀ ਨੂੰ ਭੁੱਲ ਨਾ ਜਾਵੀਂ ਛੇਤੀ ਕੇਬਲ ਤਾਰ ਲਵਾਵੀਂ ਮੇਰੇ ਦਿਲ ਦੀਆਂ ਰੀਝਾਂ ਲਾਵੀਂ ਆਖਾਂ ਉੱਠਦੀ ਬਹਿੰਦੀ ਮੈਨੂੰ ਕੇਬਲ ਤਾਰ ਉਹਨੂੰ ਚੜ ਵੱਟ ਗਿਆ ਖਸਮ ਨੂੰ ਡਾਡਾ ਗੁੱਸਾ ਚੜਿਆ ਹੱਥ ਵਿੱਚ ਉਹਨੇ ਡੰਡਾ ਫੜਿਆ ਕਪੱਤੀ ਦੇ ਮੋਹਰਾਂ ਵਿੱਚ ਜੜਿਆ ਚੁੱਪ ਕਰਕੇ ਨਹੀਂ ਬਹਿੰਦੀ ਮੈਨੂੰ ਹੋਰ ਨਾ ਮਾਰੀ ਵੇ ਮੈਂ ਮੁੜ ਕੇ ਨਾ ਨਹੀਂ ਲਈ ਆਪਣਾ ਮਾਹੌਲ ਸਹੀ ਕਰੋ ਔਰ ਕੁਰਾਨ ਹਦੀਸ ਤੇ ਅਮਲ ਕਰਨ ਵਾਲੇ ਬਣੋ ਅੱਲਾ ਸਾਨੂੰ ਕੁਰਾਨ ਹਦੀਸ ਤੇ ਚਲਾਏ ਅਲਹਮਦੁਲਿਲਾਹ ਰੱਬਿਲ ਆਲਮੀਨ ਹਾਂ ਆ ਨਾ ਬਈ ਮੁਹੱਬਜ਼ੁਰ ਰਹਿਮਾਨ ਭੱਟੀ ਦੇ ਕੋਲੋਂ ਐਲਾਨ ਸੁਣ ਲਓ ਮਨਸੂਰਪੁਰੀ ਮਾਸ਼ਾਅੱਲਾ ਹੈ ਨਿੱਕਾ ਜਿਹਾ ਪਰ ਇਹਦੇ ਕੰਮ ਬੜੇ ਜੇ ਅੱਲਾ ਜਾਣਦਾ ਤੁਹਾਨੂੰ ਇਹਦੀ ਇੱਕ ਗੱਲ ਸੁਣਾ ਦਿਆਂ ਟਰਾਲੀ ਟਰੈਕਟਰ ਦੇ ਦਰਮਿਆਨ ਇੱਕ ਹੁੱਕ ਹੁੰਦੀ ਹੈ ਉਹ ਜੇ ਐਵੇਂ ਨਹੀਂ ਜੇ ਟਰਾਲੀ ਲੈ ਕੇ ਟਰੈਕਟਰ ਤੁਰ ਸਕਦਾ ਜਦ ਤੱਕ ਹੁੱਕ ਨਾ ਹੋਵੇ ਇਹ ਮੌਲਵੀਆਂ ਨੂੰ ਤੇ ਸਾਵੇਂ ਇਹਨੂੰ ਜੋੜਨ ਵਾਲਾ ਇਹ ਮੁਹੱਬਤ ਜੇ ਜਿਹਦੀ ਏਡੀ ਮੁਹੱਬਤ ਜੇ ਦੁਆ ਕਰੋ ਇਹਨਾਂ ਦੀਆਂ ਮੁਹੱਬਤਾਂ ਅੱਲਾ ਕਬੂਲ ਫਰਮਾਏ ਤੇ ਇੱਕ ਹੋਰ ਵੀ ਦੁਆ ਕਰ ਦਿਓ ਨਾਲ ਕਹਿ ਰਿਹਾ ਭੱਟੀ ਬਈ ਸਾਰੇ ਆਪਣੀਆਂ ਕਿਸ਼ਤਾਂ ਮੁਫ਼ਤ ਭਰਵਾ ਸਕਦੇ ਹੋ ਇਹ ਭੱਟੀ ਮੁਹੱਬਤ ਵੱਲੋਂ ਐਲਾਨ ਮਾਸਟਰ ਮੋਬਾਈਲ ਸੈਂਟਰ ਉੱਥੋਂ ਮੁਫ਼ਤ ਤੁਸੀਂ ਅੱਜ ਦੀ ਇਹ ਤਕਰੀਰ ਭਰਵਾ ਸਕਦੇ ਹੋ ਜਿਹੜੀ ਹਜ਼ਰਤ ਮੌਲਾਨਾ ਮੈਂ ਕੀਤੀ ਅਲਹਮਦੁਲਿਲਾਹ ਰੱਬਿਲ ਆਲਮੀਨ ਵਲ ਆਕਿਬਤੁ ਲਿਲ ਮੁਤਕੀਨ ਵਸਲਾਤ